ਹੈਲੋ एवरीवन ਨਮਸਤੇ ਆਦਾਬ ਐਂਡ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਹਾਡੇ ਸਭ ਦੇ ਉਮੀਦ ਕਰਦੇ ਆ ਤੁਸੀਂ ਸਾਰੇ ਜਾਨੇ ਠੀਕ ਹੋਵੋਗੇ ਤੇ ਲੋ ਜੀ ਇਹ ਆ ਵੀਡੀਓ ਦਾ ਸੈਕਿੰਡ ਪਾਰਟ ਜਿਹੜੀ ਵੀਡੀਓ ਦੀ ਅਸੀਂ ਮਤਲਬ ਜਿਹੜੇ ਸ਼ਰਟ ਦੀ ਅਸੀਂ ਕਟਿੰਗ ਸ਼ੁਰੂ ਕੀਤੀ ਸੀ ਉਸ ਸ਼ਰਟ ਦੀ ਅੱਜ ਅਸੀਂ ਕਟਿੰਗ ਕਰਾਂਗੇ ਬਾਜੂਆਂ ਦੀ ਤੇ ਨੈਕਸਟ ਵੀਡੀਓ ਆਊਗੀ ਜੀ ਫੇਰ ਉਹਦੀ ਸਟੀਚਿੰਗ ਦੀ ਤੇ ਦੇਖੋ ਇਹਦੇ ਸ਼ਰਟ ਦੀ ਜਿਹੜੀ ਅਸੀਂ ਕਟਿੰਗ ਕਰ ਲਈ ਆ ਲਾਸਟ ਵੀਡੀਓ 'ਚ ਤੁਹਾਡੇ ਨਾਲ ਜਿਹੜੀ ਕਟਿੰਗ ਆ ਉਹ ਸ਼ੇਅਰ ਕਰ ਦਿੱਤੀ ਸੀ ਤੇ ਹੁਣ ਜਿਹੜੀ ਆ ਅਸੀਂ ਬਾਜੂਆਂ ਦੀ ਕਟਿੰਗ ਸ਼ੇਅਰ ਕਰਨੀ ਆ ਦੇਖੋ ਪਹਿਲਾਂ ਇੱਥੋਂ ਅਸੀਂ ਜਿਹੜੀ ਆ ਚੈਸਟ ਨਾਪ ਲੈਣੀ ਆ ਤੇ ਚੈਸਟ ਦੇ ਹਿਸਾਬ ਨਾਲ ਹੀ ਜਿਹੜੀ ਬਾਜੂ ਆ ਉਹ ਕੱਢੀ ਜਾਊਗੀ ਕਿਉਂਕਿ ਜਿਹੜਾ ਮੋਡਾ ਆ ਉਹ ਜਿੰਨੀ ਸਾਡੀ ਚੈਸਟ ਹੁੰਦੀ ਆ ਉਨਾ ਹੀ ਬਾਜੂ ਦਾ ਮੋਡਾ ਰੱਖਿਆ ਜਾਂਦਾ ਉਹ ਮੈਂ ਤੁਹਾਨੂੰ ਪਹਿਲਾਂ ਜਿਹੜਾ ਚਾਰਟ ਤੁਹਾਡੇ ਨਾਲ ਸ਼ੇਅਰ ਕੀਤਾ ਹੋਇਆ ਆ ਜੇ ਤੁਸੀਂ ਨਹੀਂ ਦੇਖਿਆ ਤਾਂ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਕਿ ਬਾਜੂ ਦਾ ਮੋਡਾ ਜਿਹੜਾ ਹੈ ਚੈਸਟ ਦੇ ਅਕੋਰਡਿੰਗ ਜਿਹੜਾ ਹੈ ਕਿਸ ਤਰ੍ਹਾਂ ਲੈ ਸਕਦੇ ਆ ਤੇ ਬਾਜੂ ਦੀ ਡੀਪਨੈਸ ਆਰਮਹੋਲ ਦੀ ਡੀਪਨੈਸ ਮੀਨਜ਼ ਕਿਤੇ ਤੀਰਾ ਜਿਹੜਾ ਆ ਉਹ ਕਿਸ ਤਰ੍ਹਾਂ ਅਸੀਂ ਲੈ ਸਕਦੇ ਆ ਤੇ ਇੱਥੇ ਤੁਹਾਨੂੰ ਮੈਂ ਇੱਕ ਵਾਰ ਫੇਰ ਤੋਂ ਦੱਸ ਵੀ ਦਿੰਨੀ ਆ ਕਿ ਜਿੰਨੀ ਸਾਡੀ ਚੈਸਟ ਹੁੰਦੀ ਆ ਪੂਰੀ ਰਾਉਂਡ ਦੇ ਵਿੱਚ ਮਤਲਬ ਪੂਰੀ ਗੋਲਾਈ ਦੇ ਵਿੱਚ ਜਿੰਨੀ ਸਾਡੀ ਚੈਸਟ ਹੁੰਦੀ ਆ ਉਹਨੂੰ ਅਸੀਂ 5 ਦੇ ਨਾਲ ਡਿਵਾਈਡ ਕਰਨਾ ਆ ਮਤਲਬ 5 ਦੇ ਨਾਲ ਭਾਗ ਕਰਨਾ ਆ ਤੇ ਜਿੰਨੀ ਸਾਡੇ ਕੋਲ ਮਤਲਬ ਨਿਕਲ ਕੇ ਆਊਗੀ ਜਿਹੜੀ ਫਿਗਰ ਉਹਦੇ ਵਿੱਚ ਅਸੀਂ 1 ਇੰਚ ਪਲੱਸ ਕਰ ਦੇਣਾ ਆ ਤਾਂ ਫਿਰ ਜਿਹੜਾ ਉਹਨਾ ਸਾਡਾ ਮੋਢਾ ਜਿਹੜਾ ਉਹ ਆ ਜਾਏਗਾ ਤੇ ਦੇਖੋ ਇੱਥੇ ਜਿਹੜਾ ਸਾਡੇ ਸੂਟ ਦੀ ਸਾਈਡ 'ਚੋਂ ਕਪੜਾ ਨਿਕਲਿਆ ਸੀ ਉਹਨੂੰ ਅਸੀਂ ਚੰਗੀ ਤਰ੍ਹਾਂ ਸਿੱਧਾ ਕਰਕੇ ਵਿਛਾ ਲਿਆ ਆ ਪ੍ਰੈਸ-ਵਰੈਸ ਮਾਰ ਲਈ ਆ ਮੈਂ ਤੁਹਾਨੂੰ ਹਰ ਵਾਰ ਇਹੀ ਕਹਿੰਨੀ ਆ ਕਿ ਪ੍ਰੈਸ ਮਾਰ ਕੇ ਹੀ ਜਿਹੜੀ ਕਟਿੰਗ ਕਰਿਓ ਕੱਪੜੇ ਦੀ ਕਿਉਂਕਿ ਪ੍ਰੈਸ ਮਾਰ ਨਾਲ ਜਿਹੜਾ ਆਇਰਨ ਕਰਨਾ ਕੱਪੜਾ ਸਿੱਧਾ ਹੋ ਜਾਂਦਾ ਆ ਤੇ ਸਿੱਧਾ ਕੱਪੜੇ ਦੇ ਵਿੱਚ ਜਿਹੜੀ ਆ ਕਟਿੰਗ ਦੇ ਵਿੱਚ ਫਿਨਿਸ਼ਿੰਗ ਬਹੁਤ ਹੀ ਵਧੀਆ ਆਉਂਦੀ ਆ ਤੇ ਸਾਰੇ ਵਲ ਵਗੈਰਾ ਜਿਹੜੇ ਆ ਕਾਨਕੂਨ ਨਿਕਲ ਜਾਂਦੀ ਆ ਤੇ ਇੱਥੇ ਦੇਖੋ ਜੀ ਸਾਨੂੰ ਬਾਜੂ ਕੱਟਣ ਦੇ ਲਈ ਕੱਪੜੇ ਦੀ ਚੜਾਈ ਜ਼ਿਆਦਾ ਚਾਹੀਦੀ ਆ ਪਰ ਜੇ ਅਸੀਂ ਆਡੇ ਤਰ੍ਹਾਂ ਕਟਾਂਗੇ ਤੇ ਕੱਪੜੇ ਦੀ ਚੜਾਈ ਸਾਡੀ ਫਿਰ ਨਿਕਲਿਆਊਗੀ ਪਰ ਆਡੇ ਤਰ੍ਹਾਂ ਕੱਟਣ ਨਾਲ ਕੀ ਹੋਊਗਾ ਇਸ ਤਰ੍ਹਾਂ ਦੇਖੋ ਆਡੇ ਤਰ੍ਹਾਂ ਅਸੀਂ ਕੱਢ ਸਕਦੇ ਆ ਇਸ ਤਰ੍ਹਾਂ ਜਿਹੜੀ ਆ ਸਾਡੀ ਬਾਜੂ ਦੀ ਇੱਕ ਤਾਂ ਲੰਬਾਈ ਘੱਟ ਜਾਊਗੀ ਤੇ ਚੜਾਈ ਤਾਂ ਪੂਰੀ ਆ ਜਾਊਗੀ ਪਰ ਜੇ ਨਾਲ ਦੀ ਜਿਹੜੇ ਆ ਪ੍ਰਿੰਟ ਹੋਊਗੇ ਸੂਟ ਦੇ ਵਿੱਚ ਉਹ ਪ੍ਰਿੰਟ ਜਿਹੜੇ ਆ ਆਡੇ ਟੇਡੇ ਹੋ ਜਾਣਗੇ ਸੋ ਵਧੀਆ ਆ ਕਿ ਅਸੀਂ ਜੋੜ ਹੀ ਪਾ ਲਈਏ ਜੋੜ ਪਾ ਕੇ ਜਿਹੜੀ ਆ ਕਟਿੰਗ ਕਰ ਲਈਏ ਉਹਦੇ ਨਾਲ ਇੱਕ ਤਾਂ ਸਾਡਾ ਪ੍ਰਿੰਟ ਜਿਸ ਸੇਧ ਨੂੰ ਹੈਗਾ ਉਸੇ ਸੇਦ ਨੂੰ ਆਊਗਾ ਤੇ ਦੂਸਰਾ ਜਿੰਨੀ ਮਰਜੀ ਅਸੀਂ ਆਪਣੀ ਬਾਜੂ ਲੰਬੀ ਜਿਹੜੀ ਆ ਬਣਾ ਸਕਦੇ ਆ ਇਹਦੇ ਵਿੱਚ ਦੇਖੋ ਇਸ ਤਰ੍ਹਾਂ ਪੂਰਾ ਸਾਡਾ ਜਿਹੜਾ ਆ ਮੋਡਾ ਦਾ ਨਿਕਲਿਆ ਆਊਗਾ ਪਰ ਜਿਹੜੀ ਸਾਡੀ ਆ ਜਿਹੜਾ ਉੱਪਰ ਪ੍ਰਿੰਟ ਦਿੱਤਾ ਹੋਇਆ ਇਹ ਟੇਡਾ ਹੋ ਜਾਊਗਾ ਤਾਂ ਕਰਕੇ ਅਸੀਂ ਜਿਹੜੀ ਆ ਆੱਡੀ ਕਟਿੰਗ ਇਹਦੀ ਨਹੀਂ ਕਰਨੀ ਆੱਡਾ ਕੱਪੜਾ ਉਹ ਹੁੰਦਾ ਜਿਹਦੇ ਵਿੱਚ ਕੰਨੀ ਸਾਡੀ ਨੀਚੇ ਦੀ ਤਰਫ ਆ ਜਾਂਦੀ ਆ ਤੇ ਜਿਹੜੇ ਵਿੱਚ ਕੰਨੀ ਸਾਡੀ ਸਾਈਡਾਂ ਦੇ ਵਿੱਚ ਆਉਂਦੀ ਆ ਉਹ ਸਾਡਾ ਸਿੱਧਾ ਕੱਪੜਾ ਹੁੰਦਾ ਆ ਠੀਕ ਹੈ ਜੀ ਹੁਣ ਦੇਖੋ ਇੱਥੇ ਅਸੀਂ ਕੱਪੜੇ ਨੂੰ ਜਿਹੜਾ ਆ ਲੰਬਾਈ ਦੇ ਵਿੱਚ ਵਿਛਾ ਲੈਣਾ ਹੈ ਕੰਨੀ ਨੂੰ ਮਤਲਬ ਜਿਹੜਾ ਹੈ ਸਿੱਧੇ ਢਾਈ ਦੇ ਵਿੱਚ ਰੱਖਣਾ ਹੈ ਕੱਪੜਾ ਸਿੱਧਾ ਰੱਖਣਾ ਬਿਲਕੁਲ ਜਿਸ ਤਰ੍ਹਾਂ ਅਸੀਂ ਸ਼ਰਟ ਦੀ ਕਟਿੰਗ ਕੀਤੀ ਸੀ ਉਸੇ ਤਰ੍ਹਾਂ ਜਿਹੜੀ ਆ ਬਾਜੂਆਂ ਦੀ ਕਟਿੰਗ ਕਰਨੀ ਆ ਉਸੇ ਤਰ੍ਹਾਂ ਕੱਪੜੇ ਨੂੰ ਜਿਹੜਾ ਕੰਨੀ ਨੂੰ ਲੰਬਾਈ ਦੇ ਵਿੱਚ ਰੱਖਣਾ ਆ ਤੇ ਦੇਖੋ ਇੱਥੇ ਹੁਣ ਜਿੰਨੀ ਸਾਨੂੰ ਚੜਾਈ ਦੀ ਲੋੜ ਆ ਉਨੀ ਚੜਾਈ ਦੇ ਵਿੱਚ ਅਸੀਂ ਕੱਪੜਾ ਜਿਹੜਾ ਵਿਛਾ ਲੈਣਾ ਤੇ ਜਿਹੜਾ ਆ ਸਾਡੇ ਕੋਲ ਕੱਪੜੇ ਦੀ ਫੋਲਡਿੰਗ ਆ ਘਾਟਿਆ ਇਹ ਫੋਲਡਿੰਗ ਅਸੀਂ ਘਾਟੇ ਸਲੀਬਛਾਈ ਆ ਕਿਉਂਕਿ ਇਹਦੇ ਵਿੱਚ ਪਾਊਗਾ ਜੋੜ ਤੇ ਜੋੜ ਜਿਹੜਾ ਅਸੀਂ ਪਿਛਲੇ ਪੱਲੇ ਦੇ ਵਿੱਚ ਪਾਉਣਾ ਆ ਫਰੰਟ ਦੇ ਵਿੱਚ ਨਹੀਂ ਪਾਉਣਾ ਹੈਗਾ ਫਰੰਟ ਦੇ ਵਿੱਚ ਜੋੜ ਪਾਇਆ ਮੋਰੇ ਆਊਗਾ ਚੰਗਾ ਨਹੀਂ ਲੱਗੂਗਾ ਤੇ ਜੋੜ ਵੀ ਤੇ ਸਾਨੂੰ ਸਲੀਕੇ ਨਾ ਪਾਉਣਾ ਹੈ ਕਿ ਜਿਹੜਾ ਸਾਡੇ ਜੋੜ ਆ ਪਤਾ ਨਾ ਲੱਗੇ ਤੇ ਇੱਥੇ ਦੇਖੋ ਜੀ 2 ਇੰਚ ਅਸੀਂ ਰੱਖ ਲਿਆ ਐ ਐਕਸਟਰਾ ਆਪਣੀ ਲੰਬਾਈ ਦਾ ਤੇ ਇਥੇ ਜਿੰਨੀ ਸਾਡੀ ਬਾਜੂ ਦੀ ਲੰਬਾਈ ਆ ਉਹ ਨਿਸ਼ਾਨ ਲਾ ਲਾਂਗੇ ਹੁਣ 2 ਇੰਚ ਅਸੀਂ ਕਿਉਂ ਪਲੱਸਟਰ ਰੱਖਿਆ ਹੈ ਉਹ ਵੀ ਤੁਹਾਨੂੰ ਮੈਂ ਦੱਸ ਦਵਾਂ 1.5 ਇੰਚ ਜਿਹੜਾ ਆ ਸਾਡਾ ਨੀਚੇ ਉਹ ਫੋਲਡਿੰਗ ਦੇ ਵਿੱਚ ਜਾਊਗਾ ਤੇ ਅੱਧਾ ਇੰਚ ਜਿਹੜਾ ਉੱਪਰੋਂ ਮੋਢੇ ਦੀ ਸਲਾਈ ਦੇ ਵਿੱਚ ਜਾਊਗਾ ਤੇ ਇਹਦੇ ਨਾਲ ਸਾਡੀ ਜਿਹੜੀ ਬਾਜੂ ਦੀ ਪੂਰੀ ਲੰਬਾਈ ਸਾਡੇ ਕੋਲ ਪ੍ਰੋਪਰ ਆ ਜਾਏਗੀ ਇਸ ਲਈ ਅਸੀਂ 2 ਇੰਚ ਜਿਹੜਾ ਰੱਖਿਆ ਆ ਤੁਸੀਂ ਚਾਹੋ ਤਾਂ ਨੀਚੇੋਂ ਜਿਹੜਾ ਆ 1.5 ਇੰਚ ਦਾ ਮਾਰਕਰ ਲਾ ਸਕਦੇ ਹੋ ਤੇ ਉੱਪਰੋਂ ਫਿਰ ਅੱਧਾ ਇੰਚ ਜਿਹੜਾ ਆ ਐਕਸਟਰਾ ਲੈ ਸਕਦੇ ਹੋ ਕਟਿੰਗ ਕਰਨ ਦੇ ਮਤਲਬ ਸਟੀਚਿੰਗ ਦਾ ਮਾਰਜਨ ਠੀਕ ਹੈ ਜੀ ਹੁਣ ਦੇਖੋ ਇੱਥੇ ਅਸੀਂ ਜਿਹੜਾ ਹੈ ਜਿੰਨੀ ਸਾਡੀ ਬਾਜੂ ਦੀ ਲੰਬਾਈ ਸੀ ਲੰਬਾਈ ਦੇ ਅਕੋਰਡਿੰਗ ਕਪੜਾ ਕੱਢ ਲਿਆ ਆ ਤੇ ਇੱਥੇ ਜਿਹੜਾ ਸਾਡਾ ਜੋੜ ਪੈਣਾ ਆ ਇਹ ਕਪੜੇ ਨੂੰ ਜਿਹੜਾ ਅਸੀਂ ਕਪੜੇ ਦੇ ਉੱਪਰ ਚੜਾ ਕੇ ਰੱਖਾਂਗੇ ਕਿਉਂਕਿ ਜਿਹੜਾ ਮਾਰਜਨ ਆ ਸਲਾਈ ਦਾ ਸਾਡੇ ਕੋਲ ਫੇਰ ਇਸੇ ਤਰ੍ਹਾਂ ਆਟੋਮੈਟਿਕਲੀ ਆ ਜਾਊਗਾ ਜੇ ਅਸੀਂ ਕਪੜੇ ਨੂੰ ਕਪੜੇ ਦੇ ਉੱਪਰ ਚੜਾ ਕੇ ਰੱਖਾਂਗੇ ਕਿਉਂਕਿ ਅੱਧਾ-ਅੱਧਾ ਇੰਚ ਜਿਹੜਾ ਆ ਉਸ ਲਾਈਨਾਂ ਦੇ ਵਿੱਚ ਜਾਊਗਾ ਜੋੜ ਦੇ ਵਿੱਚ ਤੇ ਜੇ ਤੁਸੀਂ ਇਦਾਂ ਚੜਾ ਕੇ ਨਹੀਂ ਰੱਖਿਆ ਕੱਪੜੇ ਨੂੰ ਆਮੋ ਸਾਹਮਣੇ ਰੱਖੋਗੇ ਤੇ ਜਿੱਦੋਂ ਤੁਸੀਂ ਸਿਲਾਈ ਲਾਉਗੇ ਉਦੋਂ ਤੁਹਾਡਾ ਕੀ ਹੋਊਗਾ ਕੱਪੜਾ ਕੱਟ ਜਾਏਗਾ ਠੀਕ ਹੈ ਜੀ ਹੁਣ ਦੇਖੋ ਜਿੱਥੇ ਸਾਡਾ ਕੱਪੜਾ ਆ ਹੁੰਦਾ ਪਿਆ ਉਥੇ ਅਸੀਂ ਹੱਥ ਦਾ ਇਸੇ ਤਰ੍ਹਾਂ ਅੰਦਾਜ਼ਾ ਜਿਹਾ ਲਾ ਕੇ ਨਿਸ਼ਾਨ ਲਾ ਲੈਣਾ ਹੈ ਹੋਰ ਅਸੀਂ ਐਵੇਂ ਵਾਧੂ ਕੱਪੜੇ ਦੀ ਜਿਹੜਾ ਇਹ ਨਿਸ਼ਾਨ ਵਾਧੂ ਤੇ ਲਾ ਲਈਏ ਤੇ ਕੱਪੜਾ ਸਾਡਾ ਨੀਚੇੋਂ ਕੱਟ ਜਾਵੇ ਤੇ ਫੇਰ ਵੀ ਉਹ ਗੱਲ ਸਾਡੀ ਖਰਾਬ ਹੋ ਜੂਗੀ ਤੇ ਇੱਥੇ ਜਿੰਨਾ ਸਾਡੇ ਕੋਲ ਕੱਪੜਾ ਆ ਉਨੇ ਦੇ ਅਸੀਂ ਨਿਸ਼ਾਨ ਦੇਖੋ ਲਾ ਲਿਆ ਇਹ ਪੂਰਾ ਬਾਕਸ ਜਿਆ ਬਣਾ ਲਿਆ ਹੁਣ ਇਹਦੇ ਵਿੱਚ ਜਿਹੜੀ ਆ ਸੀ ਬਾਜੂ ਦੀ ਕਟਿੰਗ ਕਰਨੀ ਸ਼ੁਰੂ ਕਰਾਂਗੇ ਤੇ ਦੇਖੋ ਜੀ ਇੱਥੇ ਜਿਹੜੀ ਆ ਆਰਮਹੋਲ ਦੀ ਇਧਰ ਡੀਪਨੈਸ ਯਾ ਮਤਲਬ ਮੋਡੇ ਦੀ ਅਸੀਂ ਜਿਹੜੀ ਡੁੰਗਾਈ ਆ ਉਹ ਸਾਢੇ 3 ਇੰਚ ਦੀ ਪਾਈ ਆ ਜਿਹੜਾ ਜੇ ਤੁਸੀਂ ਨਾਰਮਲ ਸਾਈਜ਼ ਦੀ ਕਟਿੰਗ ਕਰਦੇ ਹੋ ਤੇ ਤੁਸੀਂ 2.5 ਇੰਚ ਵੀ ਜਿਹੜੀ ਆ ਗਲਾਈ ਪਾ ਸਕਦੇ ਹੋ ਪਰ ਜੇ ਤੁਸੀਂ ਹੈਵੀ ਸਾਈਜ਼ ਦੀ ਕਟਿੰਗ ਕਰ ਰਹੇ ਹੋ ਤੇ ਤੁਸੀਂ ਜਿਹੜਾ ਆ 3 ਤੋਂ ਸਾਢੇ 3 ਇੰਚ ਜਾਂ ਪੌਣੇ 4 ਇੰਚ ਤੇ ਜਿਹੜੀ ਆ ਗਲਾਈ ਪਾਉਣੀ ਆ ਉਹਦੇ ਨਾਲ ਕੀ ਹੋਊਗਾ ਇੱਕ ਤਾਂ ਤੁਹਾਡੀ ਬਾਜੂ ਬਿਲਕੁਲ ਸੈੱਟ ਬੈਠੂਗੀ ਤੇ ਦੂਸਰਾ ਜਿਹੜਾ ਆ ਤੁਹਾਨੂੰ ਮੋਡੇ ਦੇ ਵਿੱਚ ਜਿੱਦਾਂ ਸਾਡਾ ਉਹ ਜਿਆਦਾ ਮੋਡਾ ਵੱਧ ਕੇ ਆ ਜਾਂਦਾ ਹੁੰਦਾ ਆ ਸਲਾਈ ਲਾਉਣ ਦੇ ਵਿੱਚ ਤੇ ਮੋਡਾ ਜਿਹੜਾ ਬਿਲਕੁਲ ਵੀ ਨਹੀਂ ਬੈਠੂਗਾ ਜਿੰਨੀ ਸਾਡਾ ਮੋਡੇ ਦੀ ਮਤਲਬ ਸਾਡੀ ਹੋਊਗਾ ਗਲਾਈ ਉਨੀ ਹੀ ਆਊਗੀ ਤੇ ਇੱਥੇ ਦੇਖੋ ਅਸੀਂ ਮੋਰੀ ਦਾ ਰਿਸ਼ਾ ਲੈ ਲੈਣਾ ਜਿੰਨੀ ਤੁਹਾਡੀ ਮੋਰੀ ਹੋਊਗੀ ਬਾਜੂ ਦੇ ਅਕੋਰਡਿੰਗ ਉਹਨਾਂ ਮੋਰੀ ਦਾ ਨਿਸ਼ਾਨ ਲਾ ਕੇ ਦੇ ਦੇ ਵਿੱਚ 2.5 ਇੰਚ ਪਲੱਸ ਰੱਖੜਾ ਸੀ ਕੱਪੜੇ ਦਾ ਮਾਰਜਨ ਹੁਣ ਜਿੰਨਾ ਸਾਡਾ ਕੱਪੜਾ ਸਾਡੇ ਕੋਲ ਐਕਸਟਰਾ ਹੈ 2 ਟਾ ਇੰਚ ਕੱਪੜਾ ਮਾਰਜਨ ਐਕਸਟਰਾ ਲੈ ਕੇ ਤੇ ਇਹਨੂੰ ਅਸੀਂ ਜਿਹੜਾ ਨਿਸ਼ਾਨ ਲਾ ਲੈਣਾ ਫਿਟਿੰਗ ਦੇ ਨਿਸ਼ਾਨਾ ਤੇ ਅਸੀਂ ਕਟਿੰਗ ਨਹੀਂ ਕਰਨੀ ਹੈਗੀ ਜਿਹੜਾ ਅਸੀਂ ਐਕਸਟਰਾ ਸਟੀਚਿੰਗ ਦਾ ਮਾਰਜਨ ਲਿਆ ਹੈਗਾ ਉਹਦੇ ਉੱਪਰ ਅਸੀਂ ਕਟਿੰਗ ਕਰਨੀ ਆ ਤੇ ਦੇਖੋ ਇੱਥੇ 1.5 ਇੰਚ ਜਿਹੜਾ ਅਸੀਂ ਲਿਆ ਸੀ ਉਸ 1.5 ਇੰਚ ਤੇ ਨਿਸ਼ਾਨ ਲਾ ਲਾਂਗੇ ਕਿਉਂਕਿ ਫਿਰ ਜਿਹੜਾ ਅੱਧਾ ਇੰਚ ਹੈ ਸਾਡਾ ਆਪਣੇ ਆਪ ਜਿਹੜਾ ਉੱਪਰ ਨੂੰ ਨਿਕਲ ਜਾਏਗਾ ਜਦੋਂ ਅਸੀਂ ਸਿਲਾਈ ਲਾਵਾਂਗੇ ਤੇ ਪ੍ਰੋਪਰ ਜਿੰਨੀ ਸਾਡੀ ਬਾਜੂ ਹੈਗੀ ਆ ਉਨੀ ਸਾਡੇ ਕੋਲ ਆ ਜਾਊਗੀ ਤੇ ਹੁਣ ਜਿਹੜੇ ਅਸੀਂ ਨਿਸ਼ਾਨ ਲਾਏ ਆ ਇਹਨਾਂ ਨਿਸ਼ਾਨਾਂ ਤੇ ਕਟਿੰਗ ਕਰ ਲਵਾਂਗੇ ਤੇ ਦੇਖੋ ਜਿਹੜੀ ਫਰੰਟ ਦੀ ਕਾਟ ਆ ਇਹਦਾ ਸਿਰਫ ਮੈਂ ਤੁਹਾਨੂੰ ਨਿਸ਼ਾਨ ਲਾ ਕੇ ਦਿਖਾਇਆ ਆ ਪਰ ਜਿਹੜੀ ਫਰੰਟ ਦੀ ਕਾਟ ਆ ਉਹ ਅਸੀਂ ਉਸ ਪਾਸੇ ਪਾਉਣੀ ਆ ਜਿਸ ਪਾਸੇ ਸਾਡਾ ਜੋੜ ਨਹੀਂ ਆ ਜੋੜ ਸਾਡਾ ਜਿਹੜਾ ਬਾਜੂ ਦਾ ਆ ਉਹ ਬੈਕ ਸਾਈਡ ਹੀ ਆਏਗਾ ਤੇ ਦੇਖੋ ਹੁਣ ਅਸੀਂ ਇੱਥੇ ਜਿਹੜੀ ਆ ਕਟਿੰਗ ਕਰ ਲਈ ਆ ਇੱਥੇ ਮੈਂ ਤੁਹਾਨੂੰ ਦੱਸ ਸਿਰਫ ਦੱਸਣ ਦੇ ਲਈ ਜਿਹੜਾ ਨਿਸ਼ਾਨ ਲਾਇਆ ਸੀ ਤੇ ਇੱਥੇ ਜਿਹੜਾ ਸਾਡਾ ਫੋਲਡਿੰਗ ਹੋਣੀ ਆ ਫੋਲਡਿੰਗ ਤੇ ਜਿਹੜਾ ਕੱਟ ਲਗਾ ਲੈਣੇ ਆ ਤਾਂ ਕਿ ਸਿੱਧਾ ਅਸੀਂ ਕੱਟਾਂ ਨੂੰ ਫੜੀਏ ਤੇ ਜਿਹੜੀ ਆ ਫੋਲਡਿੰਗ ਕਰ ਲਈਏ ਦੇਖੋ ਜੀ ਹੁਣ ਮੈਂ ਜਿਹੜੀ ਬਾਜੂ ਦੇ ਕਪੜਾ ਆ ਇਹਨੂੰ ਪਲਟਾ ਲਿਆ ਦੇਖੋ ਜੋੜ ਜਿਹੜਾ ਆ ਕੱਪੜੇ ਦੇ ਉੱਪਰ ਕਪੜਾ ਚੜਾ ਕੇ ਸੀ ਰੱਖ ਦੇਣਾ ਤੇ ਜਿਹੜੇ ਸਾਡਾ ਉੱਪਰਲੇ ਦੋ ਪੱਲੇ ਆ ਇਹਨਾਂ ਨੂੰ ਫੜ ਕੇ ਜਿਹੜੀ ਆ ਅਸੀਂ ਫਰੰਟ ਦੀ ਕਾਟ ਪਾ ਦੇਣੀ ਆ ਧਿਆਨ ਨਾ ਪਾਇਓ ਕਿਤੇ ਪਿਛਲੇ ਪੱਲਿਆਂ ਨੂੰ ਵੀ ਨਾਲ ਹੀ ਨਾ ਵੱਢ ਦਿਓ ਨਹੀਂ ਤਾਂ ਫਿਰ ਕੰਮ ਔਖਾ ਹੋ ਜਾਊਗਾ ਤੇ ਜੇ ਕਪੜਾ ਤੁਹਾਡੇ ਕੋਲ ਉਨਾ ਕੀ ਹੋਇਆ ਤਾਂ ਫੇਰ ਤੁਹਾਡਾ ਕਪੜਾ ਜਿਹੜਾ ਆ ਕੱਟ ਜਾਊਗਾ ਤੇ ਗੜਬੜ ਹੋਜੂਗੀ ਤੇ ਦੇਖੋ ਇੱਥੇ ਜਿਹੜੇ ਸਾਡੇ ਫਰੰਟ ਦੇ ਦੋ ਪੱਲਿਆਂ ਦੇ ਵਿੱਚ ਅਸੀਂ ਫਰੰਟ ਦੀ ਕਾਟ ਪਾਤੀ ਆ ਤੇ ਬੈਕ ਜਿਹੜੇ ਪੱਲੇ ਆ ਉਸੇ ਤਰ੍ਹਾਂ ਜਿਹੜੀ ਬਾਜੂ ਦੀ ਕਟਿੰਗ ਕੀਤੀ ਸੀ ਉਹ ਹੋ ਗਏ ਆ ਤੇ ਲਓ ਜੀ ਇੱਥੇ ਸਾਡੀ ਜਿਹੜੀ ਬਾਜੂ ਦੀ ਕਟਿੰਗ ਪ੍ਰੋਪਰ ਹੋ ਚੁੱਕੀ ਆ ਪੂਰੀ ਬਾਹਾਂ ਦੀ ਇੱਕ ਵਾਰ ਮੈਂ ਤੁਹਾਨੂੰ ਫੇਰ ਖੋਲ ਕੇ ਦਿਖਾ ਦਿੰਨੀ ਆ ਕਿ ਇਹ ਜਿਹੜੇ ਪੱਲੇ ਆ ਇਹ ਸਾਡੇ ਬੈਕ ਸਾਈਡ ਦੇ ਵਿੱਚ ਹੀ ਆਉਣਗੇ ਤੇ ਜਿਹੜੀ ਸਲਾਈ ਆ ਅਸੀਂ ਬਿਲਕੁਲ ਜਿਹੜੀ ਆ 1/2 ਇੰਚ ਦਾ ਮਾਰਜਨ ਲੈ ਕੇ ਸਲਾਈ ਲੋੜੀਆਂ ਕਿਉਂਕਿ ਅਸੀਂ 1/2 ਇੰਚ ਦਾ ਮਾਰਜਨ ਹੀ ਇਹਦੇ ਵਿੱਚ ਲਿਆ ਸੀ ਤੇ ਫਰੰਟ ਦੀ ਜਿਹੜੀ ਅਸੀਂ ਮਤਲਬ ਡੀਪਨੈਸ ਕੱਟ ਪਾਈ ਆ ਉੱਤੇ ਵੀ ਤੁਹਾਨੂੰ ਨਿਸ਼ਾਨ ਲਾ ਕੇ ਦਿਖਾ ਦਿੱਤਾ ਹੈ ਕਿ ਫਰੰਟ ਦੀ ਕੱਟ ਅਸੀਂ ਇਸ ਤਰ੍ਹਾਂ ਪਾਉਣੀ ਆ ਤੇ ਦੇਖੋ ਇਹਦੇ ਸਾਡੀ 9/2 ਇੰਚ ਤੇ ਜਿਹੜਾ ਮੋਢਾ ਚੜਨਾ ਆ ਤੇ ਜੇ ਅਸੀਂ ਇਸ ਤਰ੍ਹਾਂ ਗਲਾਈ 'ਚ ਰੱਖ ਕੇ ਦੇਖਾਂਗੇ ਤੇ ਸਾਡੀ 9/2 ਇੰਚ ਦੀ ਦੇਖੋ ਇੱਥੇ ਨਿਸ਼ਾਨ ਆਂਦਾ ਪਿਆ ਪਰ ਜੇ ਅਸੀਂ ਸਦਾਈ ਚ ਸਿੱਧਾ ਦੇਖਾਂਗੇ ਤੇ ਸਾਡਾ ਫਿਰ 9.5 ਇੰਚ ਦਾ ਨਿਸ਼ਾਨ ਬਹੁਤ ਹੀ ਬਾਹਰ ਨੂੰ ਲੱਗ ਕੇ ਜਿਹੜਾ ਲੱਗੂਗਾ ਤੇ ਇੱਥੇ ਜਿੰਨੀ ਸਾਡੀ ਮੋਰੀ ਆ ਉਨੀ ਮੋਰੀ ਦਾ ਨਿਸ਼ਾਨ ਲਾ ਕੇ ਜਿਹੜੀ ਜਿੰਨੀ ਸਾਡਾ ਮੋਢਾ ਆਇਆ ਉਹਤੇ ਅਸੀਂ ਸਿੱਧਾ ਨਿਸ਼ਾਨ ਇਸ ਤਰ੍ਹਾਂ ਸਕੇਲ ਨਾਲ ਲਾ ਲਵਾਂਗੇ ਅੰਦਾਜ਼ੇ ਨਾਲ ਨਿਸ਼ਾਨ ਨਹੀਂ ਲਾਉਣਾ ਦੇਖੋ ਅੰਦਾਜ਼ੇ ਦੇ ਲਗਾਏ ਨਿਸ਼ਾਨ ਚ ਤੇ ਸਕੇਲ ਦੇ ਲਗਾਏ ਨਿਸ਼ਾਨ ਦੇ ਵਿੱਚ ਕਿੰਨਾ ਫਰਕ ਆ ਜਾਂਦਾ ਆ ਤੇ ਜੇ ਅਸੀਂ ਪ੍ਰੋਪਰ ਸਾਨੂੰ ਬਿਲਕੁਲ ਫਿਨਿਸ਼ਿੰਗ ਨਾਲ ਕਪੜਾ ਚਾਹੀਦਾ ਅਸੀਂ ਸਕੇਲ ਦਾ ਯੂਜ਼ ਕਰਨਾ ਆ ਸਕੇਲਸ ਦਾ ਯੂਜ਼ ਕਰਕੇ ਹੀ ਅਸੀਂ ਜਿਹੜਾ ਪੂਰੇ ਸੂਟ ਦੀ ਫਿਟਿੰਗ ਦੀ ਵੀ ਤੇ ਜਿਹੜੀ ਬਾਜੂ ਵਗੈਰਾ ਦੀ ਵੀ ਕਟਿੰਗ ਕਰਨੀ ਆ ਤੇ ਦੇਖੋ ਨਿਸ਼ਾਨਾਂ ਦਾ ਕਿੰਨਾ ਫਰਕ ਆ ਗਿਆ ਇਹਨਾਂ ਨਿਸ਼ਾਨਾਂ ਦੇ ਉੱਪਰ ਹੀ ਜਿਹੜੀ ਆ ਹੁਣ ਅਸੀਂ ਸਲਾਈ ਲਗਾਉਣੀ ਆ ਸਲਾਈ ਉਹ ਨਿਸ਼ਾਨ ਤੇ ਲਗਾਉਣੀ ਆ ਜਿਹੜਾ ਬਿਲਕੁਲ ਪਰਫੈਕਟ ਅਸੀਂ ਲਗਾਇਆ ਤੇ ਦੇਖੋ ਜਿਹੜਾ 1/2 ਇੰਚ ਦਾ ਇਹ ਕਪੜਾ ਉੱਪਰ ਚੜਾ ਕੇ ਰੱਖਿਆ ਜਦੋਂ ਇਹਨਾਂ ਨੂੰ ਅਸੀਂ ਜੋੜ ਦਵਾਂਗੇ ਤੇ ਜਿਹੜਾ ਪ੍ਰੋਪਰ ਸਾਡੇ ਕੋਲ ਜਿੰਨਾ ਸਾਡਾ ਕਪੜਾ ਹੈਗਾ ਉਨਾ ਹੀ ਨਿਕਲੇ ਆਊਗਾ ਤੇ ਲੋ ਜੀ ਕੱਟेंगे ਤੇ ਜਿਹੜੀ ਆ ਬਾਜੂਆਂ ਦੀ ਹੋ ਚੁੱਕੀ ਆ ਹੁਣ ਨੈਕਸਟ ਪਾਰਟ ਜਿਹੜਾ ਆਊਗਾ ਉਹ ਆਊਗਾ ਸੂਟ ਦੀ ਸਟੀਚਿੰਗ ਦਾ I hope ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਜੇ ਤੁਸੀਂ ਚੈਨਲ ਦੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਜਿਹੜਾ ਹੈ ਤੁਸੀਂ ਆਪਣੇ opinion ਵੀ ਦੇ ਸਕਦੇ ਹੋ ਜਾਂ ਫਿਰ ਤੁਸੀਂ ਜੋ ਵੀ ਅੱਗੇ ਤੋਂ ਅੱਗੇ ਜਿਉਂ ਦੇਖਣਾ ਚਾਹੁੰਦੇ ਹੋ ਸਟੀਚਿੰਗ ਜਾਂ ਕਟਿੰਗ ਸਾਨੂੰ ਉਸ ਬਾਰੇ ਵੀ ਦੱਸ ਸਕਦੇ ਹੋ ਅਸੀਂ ਜਲਦ ਤੋਂ ਜਲਦ ਜਿਹੜੀ ਹੈ ਤੁਹਾਡੇ ਲਈ ਉਹ ਵੀਡੀਓ ਲਿਆਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਚਲੋ ਫਿਰ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ